ਸਾਲਾ ਨੌਜਵਾਨ ਦੀ ਮੌਤ ਹੋਈ ਹੈ। ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਲਾਸ਼ ਮਿਲੀ ਹੈ। ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ। ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਲੜਕੇ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਖਬਰ ਅਬੋਹਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ 20 ਸਾਲਾਂ ਨੌਜਵਾਨ ਦੀ ਮੌਤ ਹੋਈ ਹੈ। ਸ਼ੱਕੀ ਹਾਲਾਤਾਂ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ। ਇਲਾਕੇ ਦੇ ਛੱਪੜ ਦੇ ਕੋਲੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਹਾਲਾਂਕਿ ਇਹ ਨੌਜਵਾਨ ਦਿਹਾੜੀ ਮਜ਼ਦੂਰੀ ਕਰਦਾ ਸੀ ਅਤੇ ਆਪਣੀ ਦਿਹਾੜੀ ਦੀ ਕਮਾਈ ਲਿਆ ਕੇ ਉਸਨੇ ਆਪਣੀ ਮਾਂ ਨੂੰ ਸੌਂਪੀ ਅਤੇ ਕੁਛ ਦੇਰ ਮਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਫਿਰ ਉਸਨੂੰ ਪਿੰਡ ਦੇ ਹੀ ਕੁਛ ਨੌਜਵਾਨ ਘਰ ਬੁਲਾਉਣ ਲਈ ਆ ਗਏ ਅਤੇ ਜਿਨ੍ਹਾਂ ਦੇ ਨਾਲ ਉਹ ਚਲਾ ਗਿਆ ਅਤੇ ਆਪਣੀ ਮਾਂ ਨੂੰ ਕਿਹਾ ਕਿ ਮੈਂ 2 ਮਿੰਟ 'ਚ ਆਉਂਦਾ ਹਾਂ ਅਤੇ ਫਿਰ ਉਸ ਤੋਂ ਬਾਅਦ ਉਸਦੀ ਲਾਸ਼ ਹੀ ਘਰ ਪਹੁੰਚਦੀ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਹਾਲਾਂਕਿ ਨੌਜਵਾਨ ਅਕਸਰ ਆਪਣੀ ਮਾਂ ਨੂੰ ਕਹਿੰਦਾ ਸੀ ਕਿ ਮੇਰੇ ਪਿੰਡ ਦੇ ਨੌਜਵਾਨ ਮੈਨੂੰ ਨਸ਼ਾ ਲਵਾਉਣ ਨੂੰ ਫਿਰਦੇ ਨੇ ਅਤੇ ਮੈਂ ਅਜਿਹੀਆਂ ਮਾੜੀਆਂ ਆਦਤਾਂ ਵੱਲ ਨਹੀਂ ਜਾਣਾ ਚਾਹੁੰਦਾ ਅਤੇ ਅਕਸਰ ਉਹ ਮੈਨੂੰ ਉਕਸਾਉਂਦੇ ਨੇ। ਅਤੇ ਪਰਿਵਾਰ ਨੇ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਕਤਲ ਦੇ ਜੋ ਆਰੋਪ ਨੇ ਪਿੰਡ ਦੇ ਕਈ ਨੌਜਵਾਨਾਂ 'ਤੇ ਲਗਾਏ ਨੇ, ਜਿਨ੍ਹਾਂ ਦੇ ਨਾਲ ਅਕਸਰ ਉਸਦੀ ਬਹਿਸ ਆਦਿ ਜਾਂ ਪਹਿਲਾਂ ਵੀ ਤਕਰਾਰ ਚੱਲਦਾ ਪਿਆ ਸੀ। ਹਾਲਾਂਕਿ ਉਸਨੂੰ ਪਹਿਲਾਂ ਵੀ ਕੁਝ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਧਮਕੀਆਂ ਮਿਲਦੀਆਂ ਸੀ, ਪਰ ਗੱਲ ਇਸ ਹੱਦ ਤੱਕ ਵੱਧ ਜਾਏਗੀ ਕਿ ਉਸਦਾ ਕਤਲ ਹੋ ਜਾਏਗਾ, ਇਸ ਨੂੰ ਲੈ ਕੇ ਕੋਈ ਨਹੀਂ ਸੀ ਜਾਣਦਾ। ਅਤੇ ਘਰ ਆਪਣੀ ਮਾਂ ਦੇ ਨਾਲ ਉਸਨੇ ਕਈ ਦੇਰ ਸਮਾਂ ਬਿਤਾਇਆ ਅਤੇ ਕਈ ਕਹਿ ਸਕਦੇ ਹਾਂ ਗੱਲਾਂ ਵੀ ਕੀਤੀਆਂ, ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਹੁਣੇ ਉਸਨੇ ਕਿਹਾ ਕਿ ਮੈਂ 2 ਮਿੰਟ 'ਚ ਆਉਂਦਾ ਅਤੇ ਉਸ ਤੋਂ ਬਾਅਦ ਉਸਦੀ ਲਾਸ਼ ਹੀ ਸਿੱਧਾ ਘਰ ਪਹੁੰਚੇਗੀ। 20 ਸਾਲਾਂ ਨੌਜਵਾਨ ਦੇ ਪਿਤਾ ਇੱਕ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਦੇ ਨੇ ਅਤੇ ਜਦ ਪਿਤਾ ਨੂੰ ਇਸ ਖਬਰ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਹੋਰ ਰਿਸ਼ਤੇਦਾਰ, ਹੋਰ ਜੋ ਸਕੇ ਸੰਬੰਧੀ ਨੇ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਨੇ ਔਰ ਉੱਥੇ ਹੀ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅਤੇ ਜਿਨ੍ਹਾਂ ਨੌਜਵਾਨਾਂ ਦੇ ਨਾਲ ਅਕਸਰ ਇਹ ਨੌਜਵਾਨ ਘੁੰਮਦਾ ਸੀ, ਫਿਰਦਾ ਸੀ ਜਾਂ ਦਿਹਾੜੀ ਮਜ਼ਦੂਰੀ ਵੀ ਕਰਦਾ ਸੀ, ਤਾਂ ਉਹਨਾਂ ਦੇ ਫਿਲਹਾਲ ਹਜੇ ਸ਼ੱਕ ਦਾ ਘੇਰਾ ਪੁਲਿਸ ਨੇ ਜ਼ਰੂਰ ਜਤਾਇਆ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜੋ ਅੱਗੇ ਦੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ। ਖਬਰ ਅਬੋਹਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ 20 ਸਾਲਾਂ ਨੌਜਵਾਨ ਦੀ ਮੌਤ ਹੋਈ ਹੈ। ਗੱਲ ਕੋਈ ਵੀ ਨਹੀਂ ਕਰੇ, ਉਹੀ ਆਇਆ ਖੇਤੋਂ ਕੰਮ ਤੇ ਗਿਆ ਸੀ, ਰੋਟੀਆਂ ਪਕਾਈਆਂ ਸੂ, ਆਇਆ ਮੂੰਹ ਹੱਥ ਧੋ ਕੇ ਕੱਪੜੇ ਬਦਲੇ ਨੇ ਲਿਆਓ ਪਏ, ਉਹ ਕੱਪੜੇ ਪਏ ਹੁੰਦੇ ਉਵੇਂ ਸੱਟ ਗਿਆ ਉਹ ਪਰਲੇ, ਮੁੜ ਕੇ ਉਹਨੇ ਨਾ ਮੂੰਹ ਹੱਥ ਧੋ ਕੇ ਕੱਪੜੇ ਬਦਲੇ ਨੇ, ਬਦਲ ਕੇ ਫਿਰ ਇਹਨੇ ਪਹਿਲਾਂ ਆਇਆ ਲਾਡ ਕਰਦਾ ਮੈਨੂੰ, ਬੈਠਾ ਮੇਰੇ ਕੋਲ, ਮੰਮੀ ਠੀਕ ਹੈ? ਮੈਂ ਠੀਕ ਹਾਂ ਪੁੱਤਰ। ਫਿਰ ਮੈਂ ਕਿਵੇਂ ਦੇਣ ਲੱਗਾ, ਕਹਿੰਦਾ ਮੰਮੀ ਠੀਕ ਹੈ ਦਿਹਾੜੀ। ਫਿਰ ਕਹਿੰਦਾ ਮੰਮੀ ਅਖੇ, ਮੈਂ ਆਖੇ ਨਾ ਦਾ ਨਹੀਂ, ਪੈਸੇ ਫੜਾਏ ਸੂ 300 ਰੁਪਇਆ, 350 ਰੁਪਇਆ। ਕਹਿੰਦਾ ਕਿ ਲੈ ਮੰਮੀ ਪੈਸੇ ਫੜ ਲੈ, ਡੈਡੀ ਨੂੰ ਦੇ ਦੇ। ਮੈਂ ਕਿਹਾ ਚੰਗਾ। ਫਿਰ ਕੱਪੜੇ ਮੂੰਹ ਧੋ ਕੇ ਤੇ ਪਾਏ ਸੂ, ਫਿਰ ਆਟਾ ਗੁੰਨਿਆ ਸੂ। ਕਹਿੰਦਾ ਮੰਮੀ ਰੋਟੀ ਪਕਾਵਾਂ, ਆਪ ਬਣਾਉਂਦਾ ਸੀ ਸ਼ਾਮ ਦੇ ਟਾਈਮ, ਕਹਿੰਦਾ ਡੈਡੀ ਡਿਊਟੀ ਜਾਂਦਾ, ਇਹਨੇ ਰੋਟੀ ਬਣਾਈ ਹੈ ਮੈਨੂੰ। ਕਹਿੰਦਾ ਮੰਮੀ ਰੋਟੀ ਦੇਵਾਂ? ਮੈਂ ਕਹਿੰਦਾ ਨਹੀਂ ਪੁੱਤ, ਮੇਰਾ ਜੀ ਘਬਰਾਉਂਦਾ ਪਿਆ ਜੇ ਨਹੀਂ ਮੈਂ ਖਾਂਦੀ। ਨਹੀਂ ਮੰਮੀ ਖਾ ਲਾ। ਫਿਰ ਆਉਂਦਾ ਕਿ ਮੈਂ ਕਹਿੰਦਾ ਨਹੀਂ ਪੁੱਤ, ਮੈਂ ਫਿਰ ਖਾਵਾਂਦੀ। ਕਹਿੰਦਾ ਚੰਗਾ ਮੰਮੀ, ਹੁਣੇ ਆਇਆ ਅਤੇ ਤੂੰ ਨਾ ਮੈਂ ਆਪਾਂ ਮੰਗ ਬਹਿ ਕੇ ਖਾਵਾਂਗੇ। ਅੱਗੇ 2 ਮਿੰਟ ਜਾਂਦਾ ਵਾ, ਤੂੰ 15-20 ਮਿੰਟ ਜਾਂਦਾ, ਇੱਥੇ ਨੇੜੇ ਅੜ ਕੇ ਆ ਜਾਂਦਾ, ਆਉਂਦਾ ਮੈਨੂੰ ਬਿਸਤਰਾ ਲਾ ਦਿੰਦਾ, ਪਹਿਲਾਂ ਰੋਟੀ ਖਵਾ ਕੇ ਜਾਂਦਾ, ਫਿਰ ਬਿਸਤਰਾ ਲਾ ਦਿੰਦਾ, ਫਿਰ ਮੈਂ ਪੈ ਜਾਂਦੀ, ਮੇਰੇ ਕੋਲ ਹੀ ਪੈ ਜਾਂਦਾ ਕਈ ਵਾਰ। ਉਸ ਤੋਂ ਬਾਅਦ ਨਹੀਂ ਆਇਆ ਘਰੇ, ਮੈਂ ਦਵਾਈ ਖਾਧੀ ਸੀ।
ਤੇ ਵੱਡਾ ਮੁੰਡਾ ਆਉਂਦਿਆਂ ਆ ਕੇ ਪੈ ਗਿਆ ਏ, ਆਉਂਦਿਆਂ ਪੈ ਗਿਆ ਅੰਦਰ। ਮੈਂ ਇਹਨੂੰ ਆਵਾਜ਼ ਹੀ ਨਹੀਂ ਮਾਰੀ, ਮੈਂ ਆਖਾਂ ਵੀ ਇਹ ਮੁੰਡੀ ਨੇ ਰਲ ਕੇ ਦਾਰੂ ਪੀ ਲੈਂਦਾ, ਹੋਰ ਨਸ਼ਾ ਕਰਦਾ ਸੀ ਅੱਛਾ ਕਦੀ ਕਦੀ, ਮਗਰ ਦਾਰੂ ਨਾ ਪੀਵੇ। ਸੰਨੀ ਵੱਡਾ ਵੱਡਾ ਅੱਛਾ ਠੀਕ ਹੈ ਗੁਰਪ੍ਰੀਤ, ਠੀਕ ਹੈ ਉਹਨੂੰ ਮੈਂ ਨਹੀਂ ਉਠਾਇਆ, ਠੀਕ ਹੈ ਮੈਂ ਆਪ ਪੈ ਗਈ ਦਵਾਈ ਖਾ ਕੇ। ਸਵੇਰੇ ਪਤਾ ਲੱਗਿਆ ਜਦੋਂ ਮੈਂ ਤਾਂ ਪਈ ਸੀ, ਇਹਨਾਂ ਦਾ ਡੈਡੀ ਆਇਆ, ਇਹਨੇ ਮੈਨੂੰ ਖੜਾ ਕੀਤਾ ਵੀ ਅੱਖਾਂ ਬਿਸਤਰੇ ਤੇ ਕੋਈ ਨਹੀਂ ਹੈਗਾ ਏ। ਫਿਰ ਕਹਿੰਦਾ ਕਿ ਮੈਂ ਆਖਾਂ ਆਉਂਦਾ ਸੰਨੀ, ਆਉਂਦਾ ਫੋਨ ਸੰਨੀ ਕਿੱਥੇ ਹੈ? ਮੈਂ ਆਖਾਂ ਫੋਨ ਲਾ ਕੇ ਵੇਖ ਲਾ, ਮੈਂ ਕਿਹਾ ਆਇਆ ਹੀ ਨਹੀਂ ਹੈਗਾ, ਪਤਾ ਨਹੀਂ। ਫਿਰ ਕਹਿੰਦਾ ਉਹਨੇ ਫੋਨ ਲਾਇਆ ਨਹੀਂ ਚੱਕਿਆ, ਉਹਨੇ ਚਿਰ ਅੱਜ ਬੈਠੇ ਹੀ ਸੀ, ਕਹਿੰਦਾ ਡੈਡੀ ਆਉਂਦਾ ਮੈਂ ਚਾਹ ਬਣਾਉਣਾ, ਉਹਨੇ ਚਿਰ ਮੁੰਡੇ ਆ ਗਏ ਸੱਦਣ ਵਾਸਤੇ, ਕਹਿੰਦਾ ਤੁਹਾਡਾ ਸੰਨੀ ਉੱਥੇ ਡਿੱਗਾ ਪਿਆ। ਇਹ ਵੀਰੇ ਮੇਰੇ ਜਿਹੜੀ ਨਾ ਪੌਣੇ ਕੁ ਸੱਤ, ਪਤਾ ਨਹੀਂ ਇੰਨਾ ਕੁ ਟਾਈਮ ਹੋਊਗਾ, ਸਵਾ ਸੱਤ ਪੌਣੇ, ਮੈਂ ਇਹਨਾਂ ਦਾ ਡੈਡੀ ਆਇਆ ਸੀ। ਫਿਰ ਮੁੜ ਕੇ ਮੈਂ ਅਸੀਂ ਵੱਜ ਪਏ, ਸਾਨੂੰ ਸੁਰ ਬੁੱਝ ਨਹੀਂ ਰਹੀ, ਮੈਂ ਵੀ ਭੱਜੀ ਗਈ, ਮਗਰ ਅਸੀਂ ਇੱਥੇ ਚੱਕ ਲਿਆਂਦਾ। ਲੜੇ ਨੇ ਮੁੰਡੇ ਦੇ ਨਾਲ, ਸਾਨੂੰ ਬਾਹਰੋਂ ਪਤਾ ਲੱਗਿਆ ਵੀ ਪਰਸੂ ਲੜੇ ਨੇ, ਧਮਕੀਆਂ ਦਿੰਦੇ ਰਹੇ ਇਹਨੂੰ, ਕੋਈ ਨਸ਼ਾ ਨਹੀਂ, ਉਹ ਮੁੰਡੇ ਨਸ਼ਾ ਵੇਚਦੇ ਨੇ। ਅੱਛਾ ਇਹ ਮੇਰਾ ਮੁੰਡਾ ਨਸ਼ਾ ਨਹੀਂ ਖਾਂਦਾ ਸੀ, ਕਹਿੰਦਾ ਸੀ ਮੰਮੀ ਤੂੰ ਚਿੰਤਾ ਨਾ ਕਰਿਆ ਕਰ, ਆਪਣਾ ਗੋਰੀ ਦਾਰੂ ਕਦੀ ਕਦੀ ਪੀਂਦਾ ਵੀ ਛੱਡ ਜਾਏਗਾ। ਮੈਨੂੰ ਕਈ ਮੁੰਡੇ ਕਹਿ ਦਿੰਦੇ ਨੇ ਸੰਨੀ ਤੇਰੇ ਪ੍ਰੈਗਾ ਖਾ ਲਿਆ ਕੰਮ ਵਾਧੂ ਕਰਾਂਗੇ, ਪਰ ਮੰਮੀ ਮੈਂ ਖਾਂਦਾ ਨਹੀਂ, ਅੱਜ ਖਾਵਾਂਗੇ ਤਾਂ ਕੱਲ੍ਹ ਨੂੰ ਆਦਤ ਬਣੇਗੀ। ਮੈਂ ਕਿਹਾ ਸਹੀ ਹੈ ਮੰਮੀ, ਇੱਕ ਦਿਨ ਦਿਹਾੜੀ ਗਿਆ, ਦੂਜੇ ਦਿਨ ਨਹੀਂ ਗਿਆ, ਫਿਰ ਕੱਲ੍ਹ ਫਿਰ ਲੈ ਗਏ ਨੇ, ਪਿੰਡ ਦੇ ਹੀ ਹੈਗੇ ਨੇ ਵੀ ਨਾ। ਇੱਕ ਤਾਂ ਮਿਤੀਆ ਮਿਤੀਆ ਦੱਸੀ ਜਾਂਦੇ ਨੇ, ਮਿਤੀਆ ਹੈਗਾ ਹੈ, ਮਿਤੀਆ ਦੇ ਨਾਲ ਸ਼ਾਮ ਨੂੰ ਵੇਖਿਆ ਸੀ ਇਹਨਾਂ ਨੇ, 9:30 ਵਜੇ ਨੇ ਫੋਨ ਕੀਤਾ, ਡੈਡੀ ਡਿਊਟੀ 'ਤੇ ਪਹੁੰਚ ਗਏ, ਕਹਿੰਦਾ ਹਾਂਜੀ ਪਹੁੰਚ ਗਿਆ। ਕੁਆਰਾ ਸੀ ਮੇਰਾ ਮੁੰਡਾ, ਕਰਨਾ ਮੇਰੇ ਪੁੱਤਰ ਨੂੰ ਜਿੰਨੇ ਮਾਰਿਆ ਉਹ ਫੜੇ ਜਾਣ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੌਤ ਦੀ। ਇਹ ਤਾਂ ਬੇਟਾ ਗੁਜਰ ਗਿਆ, ਕਹਿੰਦਾ ਮੇਰਾ ਬੇਟਾ ਗੁਜਰ ਗਿਆ ਜੀ। ਮੈਂ ਕਿਹਾ ਚਲੋ ਮੈਂ ਇੱਕ ਮਿੰਟ 'ਚ ਆਇਆ, ਜਦੋਂ ਮੈਂ ਤਾਂ ਘਰ ਪਹੁੰਚਿਆ, ਜਦੋਂ ਮੈਂ ਤਾਂ ਘਰ ਪਹੁੰਚਿਆ ਤਾਂ ਮੈਂ ਡੈਡ ਬੋਡੀ ਦੇਖੀ। ਜਦੋਂ ਮੈਂ ਖੋਈਆਂ ਸਰ SHO ਸੁਨੀਲ ਕੁਮਾਰ ਜੀ ਨੂੰ ਫੋਨ ਲਾਇਆ, ਮੁਨਸ਼ੀ ਜੀ ਨੂੰ ਫੋਨ ਲਾਇਆ, ਮੈਂ ਸਰ ਇਸ ਤਰ੍ਹਾਂ ਜੋ ਵੀ ਹੈ ਵਾਰਦਾਤ ਹੋਈ ਹੈ, ਬਾਕੀ ਉਹਨਾਂ ਦੀ ਟੀਮ 5 ਮਿੰਟਾਂ 'ਚ ਪਹੁੰਚ ਗਈ ਜੀ। ਠੀਕ ਹੈ, ਕੁਛ ਕਹਿ ਸਕਦਾ, ਸੱਟਾਂ ਸੁੱਟਾਂ ਵੱਜੀਆਂ ਗਈਆਂ, ਲੱਗਤਾ ਮਾਡਰ ਹੀ ਰਿਹਾ ਜੀ, ਸੱਟਾਂ ਕਾਫੀ ਸੀ ਬਹੁਤ ਜ਼ਿਆਦਾ। ਉਹ ਬ੍ਰਦਰ ਛੋਟਾ ਸੀ ਜੀ, ਗੁੱਡੀਆਂ ਪਿੰਡ ਦੇ ਨਾਲ ਛੱਪੜ ਹੈ, ਬਿਲਕੁਲ ਇੱਥੇ ਡੈਡ ਬੋਡੀ ਪਈ ਸੀ ਜੀ, ਇੱਥੋਂ ਮਿਲਿਆ ਜੀ। ਅੰਦਰ ਹੋ ਗਈ ਲਮਸਮ ਸਰ 18 ਸਾਲ ਦੇ ਅੜਗੜ 'ਚ। ਐਨੀਵੇ ਮਾਰਨਿੰਗ ਸਾਨੂੰ 7:15 ਦੇ ਕਰੀਬ ਕਾਲ ਆਈ ਸੀਗੀ, ਪਿੰਡ ਦਾ ਮੈਂਬਰ ਹੀ ਹੈ ਮੁੰਡਾ, ਸੋਨੂੰ ਜੀ ਨੇ ਫੋਨ ਕਰਿਆ ਸੀ ਕਿ ਮੁੰਡਾ ਸੰਨੀ ਹੈ ਜੀ, ਆਖੋ ਹੀ ਸੰਨੀ ਜੀ ਦੀ ਜਿਹੜੀ ਕੋਈ ਸੰਦਿਗਧ ਹਾਲਾਤਾਂ 'ਚ ਜਿਹੜੀ ਆ ਡੈਡ ਬੋਡੀ ਮਿਲੀ ਹੈ ਸਾਨੂੰ, ਸੋ ਅਸੀਂ ਮੌਕੇ 'ਤੇ ਪਹੁੰਚੇ ਹਾਂ ਜੀ। ਸੋ ਜਿਹੜੀ ਡੈਡ ਬੋਡੀ ਉਹ ਵੀ ਜੀ ਅਸੀਂ ਜਿਹੜੀ ਸ਼ਨਾਖਤ ਵਗੈਰਾ ਹੋ ਚੁੱਕੀ ਹੈ, ਅਤੇ ਮੋਹਨ ਲਾਲ ਦਾ ਲੜਕਾ ਹੈ ਜੀ, ਸਿਕਿਉਰਟੀ ਗਾਰਡ ਦਾ ਕੰਮ ਕਰਦਾ DAV ਕਾਲਜ ਅਬੋਹਰ, ਉਹਨਾਂ ਨੂੰ ਮਿਲ ਲਿਆ ਗਿਆ ਜੀ, ਉਹਦੀ ਡੈਡ ਬੋਡੀ ਦਾ ਚੰਗੀ ਤਰ੍ਹਾਂ ਅਨਾਲਿਸਿਸ ਕਰ ਲਿਆ ਗਿਆ। ਠੀਕ ਹੈ, ਸੋ ਮੌਕਾ ਪਰ ਸਾਡੇ ਡੀਪ ਸਾਹਿਬ ਅਤੇ ਹੋਰ ਵੀ ਜਿਹੜੀ CII ਦੀ ਟੀਮਸ ਜਿਹੜੀਆਂ ਨੇ ਜਾਂ ਕੈਮਰਾ ਸਾਡੇ ਜਿਹੜੇ ਟੈਕਨੀਕਲ ਯੂਨਿਟ ਵਾਲੇ ਨੇ ਉਹ ਸਾਰੇ ਪਹੁੰਚ ਚੁੱਕੇ ਨੇ, ਉਹ ਅਲੱਗ ਅਲੱਗ ਡਾਇਰੈਕਸ਼ਨ ਸਾਹਿਬ ਦੀ ਜਿਹੜੇ ਕੰਮ ਸ਼ੁਰੂ ਅਸੀਂ ਕਰਤਾ ਜੀ। ਸਰ ਫਿਲਹਾਲ ਨਹੀਂ ਕਿਹਾ ਜਾ ਸਕਦਾ ਜੀ, ਇਹ ਤਾਂ ਫਰਦਰ ਇਨਵੈਸਟੀਗੇਸ਼ਨ ਚੱਲੂਗੀ ਜੀ, ਜਿਹੜਾ ਜਿਹੜਾ ਜਿੱਦਾਂ ਜਿੱਦਾਂ ਸਾਨੂੰ ਪੁਆਇੰਟ ਪਤਾ ਚੱਲੂਗਾ ਡੈਫੀਨੇਟਲੀ ਤੁਹਾਨੂੰ ਅਸੀਂ ਸੂਚਿਤ ਕਰਾਂਗੇ। ਸਰ ਜੀ ਉਹਨਾਂ ਨੇ ਜਿਹੜੀ ਵੀ ਗੱਲ ਕੀਤੀ ਹੈ ਉਹ ਫਰੈਸ਼ ਸਿਰਫ ਇਹੀ ਹੈ ਕਿ ਲਾਸਟ ਟਾਈਮ ਜਿਹੜੇ ਜਿਹੜੇ ਲੜਕਿਆਂ ਨਾਲ ਜਾਂ ਕਿਸੇ ਨਾਲ ਉਹਨਾਂ ਨੂੰ ਦੇਖਿਆ ਗਿਆ ਸੀਗਾ, ਦੇਖੋ ਉਹ ਤਾਂ ਅਸੀਂ ਹੁਣ ਪਹਿਲਾਂ ਉਹਨਾਂ ਨੂੰ ਇਨਵੈਸਟੀਗੇਟ ਕਰਾਂਗੇ ਨਾ, ਜਦੋਂ ਇੰਟਰੋਗੇਸ਼ਨ ਆਪਣੀ ਕਰਾਂਗੇ ਦੈਨ ਰਿਵੀਲ ਹੋਊਗਾ। ਸਰ ਲੱਗਦਾ ਹੈ ਜੀ ਡੈਫੀਨੇਟਲੀ ਇੱਕ ਡਾਊਟਫੁਲ ਡਾਊਟ ਤਾਂ ਕ੍ਰੀਏਟ ਹੁੰਦਾ ਹੀ ਹੈ, ਪਰ ਅਜੇ ਪੂਰਾ ਅਸੀਂ ਸ਼ੋਰ ਨਹੀਂ ਹਾਂ, ਔਰ ਜਦੋਂ ਸਾਨੂੰ ਪ੍ਰੋਪਰ ਕਲੀਅਰ ਹੋ ਜਾਊਗਾ ਅਸੀਂ ਤੁਹਾਨੂੰ ਜਿਹੜਾ ਆਪਣਾ ਬਰੀਫ ਜ਼ਰੂਰ ਦੱਸਾਂਗੇ। ਠੀਕ ਹੈ।